ਸਵੇਰ ਦਾ ਟਾਈਮ ਜੇ ਤੁਹਾਡਾ ਨਾਸ਼ਤਾ ਆ ਗਿਆ ਜੇ ਹੁਣ ਅਸੀਂ ਨਾਸ਼ਤਾ ਕਰ ਲਗੇ ਆ ਤੇ ਅੱਜ ਫਿਰ ਉਸ ਤੋਂ ਨਾਸ਼ਤਾ ਕਰਨ ਲੱਗੇ ਨੇ ਗੋਸ਼ ਨਾਲ ਹੈ ਹਾਏ ਮੈਨੂੰ ਵੀ ਸੁਲਾ ਮਾਰ ਲਓ ਮੈਂ ਯਾਰ ਤੁਹਾਡਾ ਵਿਆਹ ਹੈ ਤੁਹਾਨੂੰ ਮੈਂ ਅੱਛਾ ਚੰਗਾ ਅੱਜ ਭਾਈ ਜ਼ਮਾਨ ਦਾ ਵਿਆਹ ਹੈ ਪਹਿਲਾਂ ਨਾਸ਼ਤਾ ਕਰ ਲਈ ਫਿਰ ਨਾਲ ਲੁੰਨੇ ਆ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਮੈਂ ਸਾਹਿਬ ਸਾਹਿਬ ਉਮੀਦ ਕਾਂ ਤੁਸੀਂ ਸਾਰੇ ਠੀਕ ਠਾਕ ਹੋ ਗਏ ਜੋ ਲੋਕਾਂ ਨੇ ਸ਼ੁਰੂ ਜਿਵੇਂ ਤੁਸੀਂ ਮੇਰੀ ਪਿਛਲੀ ਵੀਡੀਓ ਦੇ ਵੇਖਿਆ ਹੋਏਗਾ ਕਿ ਅਸੀਂ ਆਏ ਹਾਂ ਵਿਹਲੇ ਮੁੰਡੇ ਦੇ ਵਿਆਹ 'ਚ ਅਤੇ ਅੱਜ ਵਿਹਲੇ ਮੁੰਡੇ ਦਾ ਘਰ ਸੁਬਹਾ ਸੁਬਹਾ ਦਾ ਟਾਈਮ ਹੈ ਅੱਜ ਵਿਆਹ ਹੈ ਅਤੇ ਪਤਾ ਹੀ ਨਹੀਂ ਲੱਗਦਾ ਪਿਆ ਵਿਆਹ ਹੋਇਆ ਵੇ ਕਿ ਨਹੀਂ ਕੋਈ ਰੋਲਾ ਰੋਲਾ ਹੈ ਹੀ ਨਹੀਂ ਸਾਡੇ ਉੱਥੇ ਵੇਖਿਓ ਕਿੰਨੇ ਜਾਣੇ ਹੋਣੇ ਨੇ ਜਦੋਂ ਬਾਈ ਦੇ ਬੰਦਾ ਵਿਆਹ ਹੋਣਾ ਕੋਈ ਜਾਣਾ ਇੱਧਰ ਨੂੰ ਜਾਂਦਾ ਪਿਆ ਫੁੱਲ ਰਸ਼ ਪਿਆ ਹੋਣਾ ਪਤਾ ਲੱਗਣਾ ਕਿ ਬਾਈ ਦੇ ਬੰਦਾ ਵਿਆਹ ਹੈ ਪਰ ਇੱਥੇ ਪਤਾ ਹੀ ਨਹੀਂ ਇੱਕਦਮ ਸ਼ਾਂਤ ਘਰ ਤੇ ਅੱਜ ਫਿਰ ਵਿਹਲੇ ਮੁੰਡੇ ਦੇ ਵਿਆਹ 'ਚ ਬੋਟੀਆਂ ਖਾਣੀਆਂ ਨਾਲ ਬਾਈ ਰਜ਼ਵਾਨ ਉਹਨਾਂ ਦੇ ਵਿਆਹ ਦੀਆਂ ਨਾਲ ਬਾਈ ਸੇਬ ਨੇ ਪੈਸੇ ਫੜਨੇ ਆਹੋ ਪੈਸੇ ਵੀ ਚੁਗਣੇ ਨੇ ਬਾਈ ਦੇ ਬੰਦੇ ਵਿਆਹ 'ਚ ਸੁੱਟਣੇ ਨਹੀਂ ਉਹਦੇ ਵਾਸਤੇ ਇਕੱਠੇ ਵੀ ਤਾਂ ਕਰਨੇ ਨਾ ਪਰ ਇਹ ਕੱਢਦੇ ਪਏ ਜਿਹੜੇ ਪਾਣੇ ਨੇ ਵਿਆਹ 'ਚ ਚਿੱਟੇ ਸੂਟ ਪਾਣੇ ਨੇ ਅਸੀਂ ਸਾੜਿਆਂ ਨਹਾ ਕੇ ਕੱਪੜੇ ਚੇਂਜ ਕਰ ਲਏ ਜੇ ਹੁਣ ਕਮੈਂਟ ਕਰਕੇ ਦੱਸਿਓ ਸੋਹਣਾ ਲੱਗਦਾ ਪਿਆ ਨਾ ਇਹ ਚੀਜ਼ ਸ਼ੀਟ ਪਾਉਣਾ ਅਤੇ ਇੱਧਰ ਦੁੱਲੇ ਦੀ ਕਾਰ ਵੀ ਆ ਗਈ ਜੀ ਜਿੱਥੇ ਦੁੱਲੇ ਜਾਣਾ ਦੋ ਨੇ ਬਹੁਤ ਹੀ ਕਰੀਮ ਲਾ ਲਈ ਜੀ ਮੂੰਹ 'ਚ ਆਹੇ ਆਹੇ ਹੀਰੋ ਬਣ ਗਿਆ ਅੱਜ ਭਾਈ ਅੱਜ ਜੇ ਵਿਹਲੇ ਦਾ ਮੁੰਡੇ ਦਾ ਵਿਆਹ ਤੇ ਮੈਂ ਬਿਲਕੁਲ ਤਿਆਰ ਹੋ ਗਿਆ ਜੇ ਹੁਣ ਬਸ ਵਿਹਲੇ ਮੁੰਡੇ ਦਾ ਤੇ ਭਾਈ ਰਜ਼ਵਾਨ ਦੇ ਰਹੇ ਉਹ ਲਾੜੇ ਨਾ ਉਹਨਾਂ ਨੂੰ ਟਾਈਮ ਲੱਗਣਾ ਤਿਆਰ ਹੁੰਦੇ ਆ ਉਹ ਤਿਆਰ ਹੁੰਦੇ ਨੇ ਤੇ ਫਿਰ ਚੱਲਦੇ ਆ ਜੰਜ ਲੈ ਕੇ ਗੱਡੀਆਂ ਵੀ ਆ ਗਈਆਂ ਕਿੰਨੀਆਂ ਸਾਰੀਆਂ ਵੇਖੋ ਆ ਜੇ ਭਾਈ ਰਜ਼ਵਾਨ ਉਹਨਾਂ ਦਾ ਊਂਠ ਮੈਂ ਇਹਨਾਂ ਦੀ ਵੀਡੀਓ ਵੇਖੀ ਸੀ ਊਂਠ ਦੀ ਊਂਠ ਹੁਣ ਵੇਖਿਆ ਜੇ ਰਾਤੀ ਲੱਭਾ ਹੀ ਨਹੀਂ ਅਤੇ ਨਾਲ ਉਹ ਜਾਨਵਰ ਨੇ ਗਾਂ ਰੱਖੀ ਨੇ ਸਾਡੇ ਵਾਂਗ ਬੋਰੀ ਵੀ ਤਿਆਰ ਹੋ ਗਏ ਜੇ ਬੋਹਣਾ ਵੀ ਸੂਟ ਪਾ ਲਿਆ ਚਿੱਟਾ ਗੱਡੀ ਸਾਫ਼ ਕਰਦੇ ਪਏ ਜੇ ਗੱਡੀ ਵਿਆਹ 'ਚ ਚੱਲੀਏ ਨਾ ਅਤੇ ਫਿਰ ਥੋੜ੍ਹਾ ਬਸ ਲਿਸ਼ਕਾਉਂਦੇ ਜੇ ਅਤੇ ਵੀ ਦੂਸਰੀ ਗੱਡੀ ਵੀ ਆ ਗਈ ਜੀ ਦੋ ਗੱਡੀਆਂ 'ਚ ਕਾਹ ਵਾਲੀ ਪਰਾਡੋ ਅਤੇ ਇੱਕ ਫਾਰਚੂਨਰ ਲਾੜੇ ਵੀ ਦੋ ਨੇ ਅਤੇ ਗੱਡੀਆਂ ਵੀ ਦੋ ਜੇ ਕੰਮ ਚੈੱਕ ਕਰੋ ਨਜ਼ਰ ਲੱਗ ਪਿਆ ਝੂਠ ਵਾਮ ਚੈੱਕ ਕਰੋ ਲਾੜੇ ਨੂੰ ਘੁੱਟ ਕੇ ਫੜ ਕੇ ਬਿਠਾਇਆ ਝੂਠ ਕੇ ਨਜ਼ਰ ਲੱਗ ਪਿਆ ਸਾਡੇ ਉੱਥੇ ਨਹੀਂ ਜੀ ਐਵੇਂ ਹੁੰਦਾ ਸਾਡੇ ਉੱਥੇ ਵਿਆਹ ਨਾ ਖਾਰੇ ਬਿਠਾਏ ਦਾ ਲਾੜੇ ਨੂੰ ਤੇ ਸਲਾਮੀ ਦੇਈਦੀ ਹੈ ਪਰ ਇੱਥੇ ਖਾਰੇ ਬਿਠਾ ਕੇ ਹਾਰ ਪਵਾਈ ਜਾਂਦੇ ਨੇ ਸਲਾਮੀ ਸਲੂਮੀ ਨਹੀਂ ਦਿੰਦੇ ਇਕੱਲੇ ਹਾਰ ਪਾਉਂਦੇ ਨੇ ਲਾੜੇ ਦਾ ਕੰਮ ਚੈੱਕ ਕਰੋ ਬਾਈ ਡਾਂਸ ਕਰਦੇ ਫਿਰ ਫੜ ਕੇ ਬਿਠਾਇਆ ਸੀ ਤੇ ਕਿਹੜਾ ਲਾ ਪਿਓ ਫਿਰ ਲਾੜੇ ਪੈਸੇ ਲਈ ਜਾਂਦੇ ਲੁੱਡੀ ਪੈਣਾ ਸਟਾਰਟ ਹੋ ਗਈ ਜੇ ਕਲੈਰਾ ਬਹਿ ਗਿਆ ਗੱਡੀ 'ਚ ਮੁਬਾਰਕ ਹੋਏ ਭਾਈਆ ਫਿਰ ਲੈ ਕੇ ਨਹੀਂ ਆਇਆ ਹਾਂਜੀ ਅੱਛਾ ਫਿਰ ਮੁਬਾਰਕ ਦੇਣੀ ਬਰਾਤ ਤੁਰ ਪਈ ਜੇ ਬਈ ਇੱਕ ਬਰਾਤ ਆ ਜਾਣ ਦੀ ਜੇ ਜਿਹੜੀ ਦੂਸਰੀ ਬਰਾਤ ਹੋਈ ਹੈ ਮਗਰੂ ਆਉਣ ਦੀ ਲਾੜੇ ਵੱਖਰੀ ਵੱਖਰੀ ਕਾਰ 'ਚ ਜਾਂਦੇ ਨੇ ਤੇ ਸਰਬਾਲੇ ਦੇ ਕੰਮ ਚੈੱਕ ਕਰੋ ਸਰਬਾਲਾ ਵੱਖਰੀ ਕਾਰ 'ਚ ਯਾਰ ਹੁਣ ਕੀ ਕਰੀਏ ਗੱਡੀ ਐਵੇਂ ਚਲਾਣੀ ਆ ਉਹ ਵੀ ਚਲਾਣੀ ਆ ਤੇ ਸਰਬਾਲਾ ਨਾਲ ਨਹੀਂ ਮੈਂ ਤਾਂ ਲਾੜੇ ਦੇ ਉਹ ਜਾਣਾ ਪੈਣਾ ਲੱਗ ਗੱਡੀ ਫੇਰ ਪਿੱਛੇ ਰਹਿ ਜਾਣੀ ਕਿਸੇ ਨੂੰ ਚਲਾਣੀ ਨਹੀਂ ਆਉਂਦੀ ਨਾ ਹੁਣ ਅਸੀਂ ਚਲੋ ਮੈਨੂੰ ਤਾਂ ਚਲਾਣੀ ਆਵੇ ਉਹ ਤਾਂ ਲਈ ਜਾਂਦੇ ਲਾੜੇ ਵੱਖਰੇ ਜਾਣਗੇ ਸਰਬਾਲੇ ਵੱਖਰੇ ਜਾਣਗੇ ਰੱਖਣਾ ਕਿੱਥੇ ਰੱਖਣਾ ਅੱਜ ਜਿਹੜੀ ਬਰਾਤ ਜਾਣੀ ਹੈ ਨਾ ਦੋ ਭਰਾਵਾਂ ਦੀ ਬਰਾਤ ਜੇ ਭਾਈ ਰਜ਼ਵਾਨ ਦੀ ਤੇ ਵਿਹਲੇ ਮੁੰਡੇ ਦੀ ਭਾਈ ਸ਼ਹਿਜ਼ਾਦ ਹੋਰਾਂ ਦੀ ਪਹਿਲਾਂ ਅਸੀਂ ਐਨ ਕਰਨਾ ਕਿ ਭਾਈ ਰਜ਼ਵਾਨ ਉਹਨਾਂ ਦੇ ਸਹੁਰੇ ਜਾਣਾ ਉੱਥੋਂ ਉਹਨਾਂ ਦੀ ਲੈ ਕੇ ਨਾ ਬੋਟੀ ਤੇ ਉੱਥੇ ਰੋਟੀ ਛੋਟੀ ਨਹੀਂ ਖਾਣੀ ਉਹਨਾਂ ਨੇ ਬੋਟੀ ਲੈ ਕੇ ਤੁਰ ਪੈਣਾ ਅਗਾਂਹ ਨੂੰ ਬਾਈ ਸ਼ਹਿਜ਼ਾਦ ਉਹਨਾਂ ਦੇ ਸਹੁਰੇ ਉੱਥੋਂ ਬਾਈ ਸ਼ਹਿਜ਼ਾਦ ਉਹਨਾਂ ਦੀ ਬੋਟੀ ਲੈਣੀ ਹੈ ਵਿਹਲੇ ਮੁੰਡੇ ਦੀ ਤੇ ਫਿਰ ਅਸੀਂ ਜਾਣਾ ਸਿੱਧਾ ਮੈਰਿਜ ਹਾਲ 'ਚ ਉੱਥੇ ਜਾ ਕੇ ਵਲੀਮਾ ਕਰਨਾ ਹੈ ਮਤਲਬ ਕਿ ਜੰਜ ਵੀ ਤਾਂ ਵਲੀਮਾ ਵੀ ਇਕੱਠਾ ਹੀ ਹੈ ਅਬੂ ਜੀ ਪਹਿਲੀ ਵਾਰੀ ਵੇਖਣ ਦਿਆ ਮੈਂ ਐਵੇਂ ਕਿ ਵਲੀਮਾ ਅਤੇ ਜੰਜ ਇਕੱਠੀ ਹੈ ਵੇਲਾ ਇਹ ਤੋਂ ਬੜਾ ਕੁਝ ਵੇਖਣਾ ਵਹਿੰਦਾ ਜਾ ਬਣਦਾ ਕੀ ਦੁਨੀਆ 'ਚ ਜੰਜ ਤੁਰ ਪਈ ਜੀ ਗੱਡੀ ਹੋਈ ਇੱਥੇ ਖਲੋਤੀ ਜੇ ਤਾਂ ਅੱਗੋਂ ਜੰਜ ਪਹੁੰਚ ਵੀ ਗਈ ਜੀ ਹੁਣ ਅਸੀਂ ਜਾਣਦੇ ਮਗਰ ਜਾਂਦੇ
ਹੁਣ ਜਾਂਦੇ ਤੋੜਦੇ ਜਾਂਦੇ ਰੇ ਗੱਡੀ ਆਈ ਸਾਡੀ ਬੜੀ ਪਿੱਛੇ ਵੇ ਬਾਈ ਰਜ਼ਵਾਨ ਬਾਅਦ ਚੋਂ ਕਿਉਂ ਨਾ ਢਾਡੀ ਜਾਂਦੇ ਨਾ ਅਸੀਂ ਤੋੜਦੇ ਆਏ ਹਾਂ ਚਲੋ ਅੱਜ ਮੈਂ ਗੱਡੀ ਜਾਂਦੇ ਟੁਰਾਂਗਾ ਪਾਣ ਉਹਨਾਂ ਦੇ ਸਸੁਰਾਲ ਪਹੁੰਚ ਵੀ ਗਏ ਨੇ ਤੇ ਦੂਸਰਾ ਸਰਬਾਲਾ ਹਟਾ ਕੀ ਹਾਲ ਏ ਤੁਹਾਨੂੰ ਕਾਰ ਚ ਬਾਹਰ ਕੱਢਿਆ ਉਹ ਬਾਹਰ ਕੱਢਿਆ ਪਿਛਲੀ ਜਿਹੜੀ ਐਂਡਲੀ ਗੱਡੀ ਉਹ ਹੀ ਘਰ ਖਲੋਤੀ ਏ ਤੇ ਅੱਗੂ ਜੰਜ ਪਹੁੰਚ ਗਈ ਪਹੁੰਚ ਗਏ ਬਈ ਲਾਲਾ ਆਪਣੇ ਸਸੁਰਾਲ ਸ਼ਹਿਜ਼ਾਦ ਹੋਰੀ ਉੱਥੇ ਗੱਡੀ 'ਚ ਬੈਠੇ ਨੇ ਅਤੇ ਭਾਈ ਰਜ਼ਵਾਨ ਉਹਦੀ ਵੋਟਿੰਗ ਨੂੰ ਨਾਲ ਲੈਣਾ ਅਤੇ ਫਿਰ ਭਾਈ ਸ਼ਹਿਜ਼ਾਦ ਹੁੰਦੇ ਸਸੁਰਾਲ ਜਾ ਜੋਗਾ ਸੋਫਾ ਆ ਗਿਆ ਜੀ ਆਹ ਸਰਬਾਲੇ ਜੋਗੀ ਨਹੀਂ ਆਹ ਸਰਬਾਲੇ ਜੋਗੀ ਨਹੀਂ ਰਜ਼ਵਾਨ ਪਹਿਲੀ ਵਾਰੀ ਐਵੇਂ ਦੀ ਸ਼ਾਦੀ ਵੇਖਣ ਦੇ ਆ ਜ਼ਿੰਦਗੀ ਦੇ ਮੇਰੀਆਂ ਪੰਜ ਹੋ ਰਹੀਆਂ ਨੇ ਕਿ ਪਹਿਲੀ ਆ ਮੇਰੀ ਨਹੀਂ ਐਵੇਂ ਦੀ ਸ਼ਾਦੀ ਹੁੰਦੀ ਆ ਇਹ ਤੇਰੇ ਭਰਾਵਾਂ ਦੀ ਮੁਹੱਬਤ ਵਾ ਦੂਸਰਾ ਤੂੰ ਲਾ ਵੀ ਆ ਗਿਆ ਜੀ ਮਠਿਆਈ ਆ ਗਈ ਜੇ ਕਾਰ ਤੁਰਨ ਲੱਗੀ ਜੇ ਤੇ ਮੈਂ ਵਾਪਸ ਆ ਗਿਆ ਆਪਣੀ ਗੱਡੀ 'ਚ ਤੇ ਚੈੱਕ ਕਰੋ ਕਿੰਨੀ ਲੈਣ ਲੱਗੀ ਜੇ ਗੱਡੀਆਂ ਦੀ ਬਾਈ ਰਜ਼ਵਾਨ ਦੀ ਦੁਲਹਨ ਨੂੰ ਲੱਦਿਆ ਜੇ ਅਤੇ ਹੁਣ ਵਿਹਲੇ ਮੁੰਡੇ ਦੀ ਦੁਲਹਨ ਲੈਣ ਚੱਲੀਏ ਵਿਹਲੇ ਮੁੰਡੇ ਦੇ ਸਸੁਰਾਲ ਜਾਣ ਦੇ ਜੇ ਵਿਹਲੇ ਮੁੰਡੇ ਦਾ ਵੀ ਸਸੁਰਾਲ ਚੰਗੇ ਟਿੱਬੇ ਦੇ ਵਿੱਚ ਜੇ ਟਿੱਬੇ ਦੇ ਵਿੱਚੋਂ ਜਾਣ ਦੇ ਰੇਤ ਦੇ ਵਿੱਚੋਂ ਦੀ ਮੁੰਡੇ ਸਸੁਰਾਲ ਪਹੁੰਚ ਗਏ ਤੇ ਫਿਰ ਗੱਡੀਆਂ ਦੀ ਲੈਣ ਲੱਗ ਗਈ ਹੈ ਮੈਨੂੰ ਲੱਗਦਾ ਸਾਡੀ ਗੱਡੀ ਫਿਰ ਨਹੀਂ ਪਹੁੰਚਣੀ ਵਿਹਲੇ ਮੁੰਡੇ ਦੇ ਸਸੁਰਾਲ ਤੱਕ ਅੱਗੇ ਵੀ ਇੰਜ ਹੋਇਆ ਬਾਈ ਰਜ਼ਵਾਨ ਸਸੁਰਾਲ ਤੱਕ ਸਾਡੀ ਗੱਡੀ ਪਹੁੰਚੀ ਨਹੀਂ ਅਤੇ ਉੱਥੋਂ ਰੁਕ ਸੁੱਤੀ ਵੀ ਹੋ ਗਈ ਹੈ ਅਤੇ ਅੱਜ ਕੀ ਵੇਖਦੇ ਹਾਂ ਪਹੁੰਚਿਆ ਜਾਂਦਾ ਕਿ ਨਹੀਂ ਰਾਹ 'ਚ ਖਾ ਛੱਡੀ ਜੇ ਤਾਂ ਅੱਗੇ ਹੁਣ ਵਿਹਲੇ ਮੁੰਡੇ ਦੇ ਸਸੁਰਾਲ ਚੱਲੇ ਜੇ ਪਹਿਲਾਂ ਮੁੰਡਾ ਪਹੁੰਚ ਵੀ ਗਿਆ ਸਾਡੀ ਗੱਡੀ ਨਹੀਂ ਅੱਗੇ ਜਾਂਦੀ ਸੀ ਫਿਰ ਗੱਡੀ ਪਿੱਛੇ ਖਿਲਾਰ ਕੇ ਤੁਰਦੇ ਜਾਂਦੇ ਹਾਂ ਆਹ ਜੇ ਸਾਰੀਆਂ ਗੱਡੀਆਂ ਖਲੋਤੀਆਂ ਦੁੱਲੇ ਵਾਲੀਆਂ ਅਤੇ ਬਾਕੀ ਵੀ ਜਿਹੜੇ ਸਾਰੀਆਂ ਅੱਗੇ ਆ ਗਈ ਨੇ ਅਤੇ ਸਾਡੀ ਪਿੱਛੇ ਹੀ ਜੇ ਵੀ ਬਰਾਤ ਆਣ ਕੇ ਬੈਠੀ ਸਾਰੀ ਵਿਹਲੇ ਮੁੰਡੇ ਦੇ ਸਹੁਰਿਆਂ ਦੇ ਘਰ ਬੈਠੇ ਹਾਂ ਦੁਲਹਨ ਨੂੰ ਲਿਆ ਅਤੇ ਹੁਣ ਚੱਲੀਏ ਮੈਂ ਰਜਹਾਲ 'ਚ ਗੱਡੀ ਸਾਰਨਾ ਐਂਡ 'ਚ ਖਲੋਤੀ ਜੀ ਅਸੀਂ ਗੱਡੀ 'ਚ ਆਣ ਕੇ ਬਹਿ ਗਏ ਜੇ ਹੁਣ ਦੂਲੇ ਵਾਲੀਆਂ ਗੱਡੀਆਂ ਆਉਂਦੀਆਂ ਨਾ ਪਿੱਛੋਂ ਫਿਰ ਉਹਨਾਂ ਦੇ ਮਗਰ ਮਗਰ ਚੱਲਨੇ ਆ ਜਿਹਦੀ ਗੱਡੀ ਆ ਗਈ ਜੇ ਉਹ ਅੱਗੇ ਲੱਗ ਗਈ ਜੇ ਅਤੇ ਉਹਨਾਂ ਦੇ ਮਗਰ ਮਗਰ ਜਾਣਾ ਮੈਂ ਰਜਹਾਲ 'ਚ ਪਹਿਲਾਂ ਬਾਈ ਰਜ਼ਵਾਨ ਦੀ ਦੁਲਹਨ ਅਤੇ ਹੁਣ ਬਾਈ ਸ਼ਹਿਜ਼ਾਦ ਦੀ ਦੁਲਹਨ ਵਿਹਲੇ ਮੁੰਡੇ ਦੀ ਦੁਲਹਨ ਲੈ ਲਈਏ ਅਤੇ ਹੁਣ ਅਸੀਂ ਚੱਲੇ ਜੇ ਮੈਂ ਰਜਹਾਲ ਦੇ ਵਿੱਚ ਸੇਬ ਹਾਂਜੀ ਹਮਨੇ ਕਭੀ ਕਿਸੀ ਕੋ ਫਾਲੋ ਨਹੀਂ ਕੀਆ ਹਾਂਜੀ ਬਸ ਰੋਟੀ ਕਾ ਚੱਕਰ ਹੈ ਇਸ ਲਈ ਪਿੱਛੇ ਪਿੱਛੇ ਜਾਣਾ ਪੜ ਰਿਹਾ ਹੈ ਮੈਂ ਕਿਦਾਂ ਤੁਰ ਪਏ ਅਸੀਂ ਇੱਧਰ ਨੂੰ ਤਾਂ ਨਹੀਂ ਆਏ ਜ਼ਿੰਦਗੀ 'ਚ ਪਹਿਲੀ ਵਾਰੀ ਐਵੇਂ ਦੀ ਸ਼ਾਦੀ ਵੇਖਣ ਦਿਆਂ ਕਿ ਦੁਲਹਨਾਂ ਲੈ ਕੇ ਘਰੋਂ ਅਤੇ ਸਿੱਧਾ ਜਾ ਕੇ ਵਲੀਮਾ ਜਾਂਝੇ ਆਈ ਨਹੀਂ ਆਪਣਾ ਕੰਮ ਨੀ ਹੋਇਆ ਫਿਰ ਜੰਜ ਵੀ ਨੀ ਹੋਈ ਹੁਣ ਵਲੀਮਾ ਹੀ ਖਾਣਾ ਸੀ ਕੱਲਾ ਵਲੀਮਾ ਹੀ ਹੋਇਆ ਆ ਗਏ ਗਾਟਾ ਉੱਡਰ ਗਾਟਾ ਉੱਡਰ ਕੁਛ ਨੀ ਲੱਭਣਾ ਆਗੇ ਵਾਲੀ ਗਾੜੀ ਵੀ ਨੀ ਲੱਭਣੀ ਹੁਣ ਅੱਗੇ ਵਾਲੀ ਗੱਡੀ ਕਦੋਂ ਲੱਭਣ ਦੀ ਹੁਣ ਕਾਲੇ ਰੰਗ ਦੀ ਮੈਨੂੰ ਲੱਭਣੀ ਹੁੰਦਾ ਘੱਟਾ ਹੀ ਬੜਾ ਮੇਰਾ ਜਹਾਜ਼ 'ਚ ਪਹੁੰਚ ਗਏ ਜੇ ਆਹ ਸਾਹਮਣੇ ਮੇਰਾ ਜਹਾਜ਼ 'ਚ ਮਾਰ ਕੀ ਜੇ ਜੰਜ ਵਲੀਮੇ 'ਚ ਪਹੁੰਚ ਗਈ ਜੇ ਜੰਜ ਹੋ ਗਈ ਏ ਜੰਜ ਹੋ ਗਈ ਜੀ ਬੋਤਲ ਨਹੀਂ ਪੀ ਗਿਆ ਉੱਥੇ ਨਹੀਂ ਸਾਰਨਾ ਪਹਿਲਾਂ ਆ ਗਈ ਜੇ ਸਲਾਦ ਨਿਕਾਹ ਹੋ ਗਿਆ ਜੇ ਵਾਸ਼ਵਾ ਮੰਗ ਲਈਏ
ਓਏ ਮੁਬਾਰਕ ਓਏ ਉਹਦਾ ਸੁਣ ਲੈ ਮੁਬਾਰਕ ਓਏ ਮੈਂ ਨਹੀਂ ਲੈਣੀ ਲੈ ਲੋ ਲੈ ਲੋ ਇੱਕ ਵੀਡੀਓ ਨੂੰ ਹਾਰ ਦੇ ਕੀ ਹਾਰ ਦੇ ਮੈਂ ਹਾਰ ਦੇ ਬਗੈਰ ਮੁਬਾਰਕ ਨਹੀਂ ਲੈਣਾ ਤੁਸੀਂ ਸਾਨੂੰ ਲਾ ਰਹੇ ਅਮੀਰ ਜੀ ਪਤਾ ਨਹੀਂ ਸਾਡੇ ਵੀਰ ਹੈ ਕਿ ਨੇ ਮੁਬਾਰਕਾਂ ਖੈਰ ਮੁਬਾਰਕਾਂ ਤੁਸੀਂ ਬਸ ਆ ਦੱਸੋ ਜਿਹੜੇ ਲੱਭੇ ਨੇ ਹਾਰ ਉਹ ਕਿੱਥੇ ਰੱਖੇ ਨੇ ਵਾਖਰ ਕੀ ਹਾਰਾਂ ਦੇ ਪੈਸੇ ਹਨ ਗੱਡੀ ਦੇ ਵਿੱਚ ਖਿਆਲ ਕਰਨਾ ਇਹਨਾਂ ਨੂੰ ਜਾਣ ਨਹੀਂ ਦੇਣਾ ਗੱਡੀ 'ਚ ਮਾਪੀ ਚੱਲਾਂ ਨਾ ਕਰ ਪਟੀ ਖੋਲ ਗਈ ਜੇ ਰੋਟੀ ਛੋਟੀ ਖਾ ਲਈਏ ਅਤੇ ਹੁਣ ਸਾਰਾ ਵਲੀਮਾ ਸ਼ਲੀਮਾ ਮੁੱਕ ਗਿਆ ਜੋ ਵੀ ਜਾਂਦੀ ਸੀ ਵਲੀਮਾ ਸੀ ਅਤੇ ਹੁਣ ਸਾਰੇ ਜਣੇ ਵਾਪਸ ਚਲੇ ਜੇ ਠੀਕ ਹੈ ਫਿਰ ਭਾਈ ਠੀਕ ਹੋ ਗਿਆ ਵੀਰ ਜੀ ਬਸ ਆਵਾਮ ਦੇ ਵਿੱਚ ਕਰੋ ਧਿਆਨ ਤੁਹਾਨੂੰ ਸਹੀ ਸਹੀ ਤਾਂ ਨਹੀਂ ਸੇ ਮੇਰੇ ਤੋਂ ਕੇ ਮਾਜ਼ਰਤ ਚਲੋ ਠੀਕ ਹੋ ਗਿਆ ਅੱਲਾ ਹਾਫਿਜ਼ ਸਾਡੀ ਸ਼ਾਦੀ ਤਾਂ ਜ਼ਰੂਰ ਆਇਓ ਭਾਈ ਜੀ ਅਤੇ ਅਸੀਂ ਹੁਣ ਚੱਲੇ ਹਾਂ ਵਾਪਸ ਇਜਾਜ਼ਤ ਲਈਏ ਅਤੇ ਹੁਣ ਚੱਲੀਏ ਵਾਪਸ ਫਿਲਹਾਲ ਵਾਲੇ ਵਲੋਗ ਨੂੰ ਕਰ ਰਹੇ ਹਾਂ ਅਮੀਦ ਕਾਂ ਤਾਂ ਚੰਗਾ ਲੱਗਾ ਹੈਗਾ ਚੰਗਾ ਲੱਗਾ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤ ਭਾਵ ਜਾਂ ਜਿਹੜੇ ਜਿਹੜੇ ਦੋਸਤ ਮੇਰੇ ਚਾਹੇ ਚਾਹਵਾਂ ਮੈਂ ਤੁਹਾਨੂੰ ਕਰੋ ਸਬਸਕ੍ਰਾਈਬ ਫਿਰ ਅਗਲੀ ਵੀਡੀਓ 'ਚ ਅੱਲਾ ਹਾਫਿਜ਼।